ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। 뮤직 ਕੰਪਨੀ ਦੇ ਮਾਲਕ, ਉਸ ਦੀ ਦੋਸਤ ਤੇ ਫਿਰੋਜ਼ਪੁਰ ਦੇ ਸਰਪੰਚ ਦੇ ਮਾਮਲਿਆਂ ਤੇ ਆਖਿਰਕਾਰ ਪੁਲਿਸ ਨੂੰ ਇੱਕ ਵੱਡਾ ਖੁਲਾਸਾ ਹੋਇਆ ਹੈ। ਇਹਨਾਂ ਤਿੰਨਾਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਸੀਗੇ। ਜੀ ਹਾਂ, ਤੁਹਾਨੂੰ ਦੱਸ ਦਿੰਦੇ ਹਾਂ, ਵਿਕਰਮਜੀਤ ਸਿੰਘ ਜਿਹੜਾ 뮤직 ਕੰਪਨੀ ਦਾ ਮਾਲਕ ਹੈ, ਜਿਹੜਾ ਕਿ ਮੋਗੇ ਦੇ ਬਾਜੇਖੇ ਦਾ ਰਹਿਣ ਵਾਲਾ ਹੈ ਤੇ ਸੈਕਟਰ 91 ਮੋਹਾਲੀ ਦੀ ਰਹਿਣ ਵਾਲੀ ਉਸ ਦੀ ਦੋਸਤ ਅਵਨੀਤ ਤੇ ਲਵਪ੍ਰੀਤ ਸਿੰਘ ਜਿਹੜਾ ਫਿਰੋਜ਼ਪੁਰ ਦਾ ਸਰਪੰਚ ਦੱਸਿਆ ਜਾ ਰਿਹਾ। ਇਹਨਾਂ ਤਿੰਨਾਂ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 1.5 ਕਿਲੋ ਚਿੱਟਾ, 4.5 ਲੱਖ ਦੀ ਡਰੱਗ ਮਨੀ ਤੇ 3 ਲਗਜ਼ਰੀ ਗੱਡੀਆਂ ਜਿਹੜੀ ਕਿ ਕ੍ਰਾਈਮ ਬ੍ਰਾਂਚ ਵੱਲੋਂ ਬਰਾਮਦ ਕਰ ਲਈਆਂ ਗਈਆਂ ਸੀਗੀਆਂ। ਪੁਲਿਸ ਨੇ ਇਹਨਾਂ ਤਿੰਨਾਂ ਨੂੰ ਕੋਰਟ 'ਚ ਪੇਸ਼ ਕਰ, ਜਿਹੜਾ ਕਿ ਵਿਕਰਮਜੀਤ ਸਿੰਘ ਹੈ ਇਹਦਾ 5 ਦਿਨ ਦਾ, ਅਵਨੀਤ ਦਾ 2 ਦਿਨ ਦਾ ਤੇ ਜਿਹੜਾ ਲਵਪ੍ਰੀਤ ਸਿੰਘ ਦਾ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀਗਾ ਤੇ ਰਿਮਾਂਡ ਦੇ ਦੌਰਾਨ ਪੁਲਿਸ ਨੂੰ ਇੱਕ ਵੱਡੇ ਖੁਲਾਸੇ ਹੋਏ ਨੇ। ਰਿਮਾਂਡ ਦੇ ਦੌਰਾਨ ਜਿਹੜਾ ਲਵਪ੍ਰੀਤ ਸਿੰਘ ਹੈ, ਜਿਹਨੇ ਦੱਸਿਆ ਵੀ ਉਹ ਕ੍ਰਿਸ਼ਨ ਦੇ ਜ਼ਰੀਏ, ਜਿਹੜਾ ਕਿ ਪਾਕਿਸਤਾਨ ਬੈਠਾ ਹੈ ਡੋਗਰ ਉਰਫ ਨੰਬਰਦਾਰ, ਉਹਦੇ ਥਰੂ ਇਹ ਸਪਲਾਈ ਹੁੰਦਾ ਸੀ ਚਿੱਟਾ, ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹ ਵੀ ਲਵਪ੍ਰੀਤ ਸਿੰਘ ਨੇ ਕ੍ਰਿਸ਼ਨ ਦੇ ਜ਼ਰੀਏ ਨੰਬਰਦਾਰ ਉਰਫ ਡੋਗਰ ਨੂੰ ਮਿਲਵਾਇਆ ਗਿਆ ਸੀਗਾ ਉਹਦੇ ਨਾਲ ਵੀ, ਤੇ ਉਹ ਇੰਟਰਨੈਸ਼ਨਲ ਨੰਬਰ ਜਿਹੜੇ ਵਟਸਐਪ ਕਾਲ ਕਰਦਾ ਸੀਗਾ ਤੇ ਉਹਦੇ ਜ਼ਰੀਏ ਬਾਰਡਰ ਪਾਰ ਤੋਂ ਇਹ ਚਿੱਟਾ ਆ ਰਿਹਾ ਸੀ, ਜਿਹੜੇ ਕਿ ਇਹ ਸਪਲਾਈ ਕਰਦੇ ਸੀ। ਇਸੇ ਦੌਰਾਨ ਜਿਹੜਾ ਕਿ ਕ੍ਰਿਸ਼ਨ ਹੈ ਫਿਰੋਜ਼ਪੁਰ ਜੇਲ੍ਹ 'ਚ ਬੰਦ ਸੀ ਇਸ ਸਮੇਂ, ਕਿਉਂਕਿ ਇਹ ਜਿਹੜਾ ਕਿ ਡੋਗਰ ਵੱਲੋਂ ਸਪਲਾਈ ਕੀਤਾ ਜਾ ਰਿਹਾ ਸੀ ਚਿੱਟਾ, ਇਹ ਉਸ ਤੋਂ ਚਿੱਟਾ ਲੈ ਕੇ ਆ ਰਿਹਾ ਸੀਗਾ ਤੇ ਜਿਹੜੀ ਪੰਜਾਬ ਪੁਲਿਸ ਹੈ ਇਹਨੇ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ। 11 ਕਿਲੋ ਚਿੱਟੇ ਦੇ ਕੇਸ 'ਚ ਇਹ ਇਸ ਸਮੇਂ ਕ੍ਰਿਸ਼ਨ ਜੇਲ੍ਹ 'ਚ ਬੰਦ ਸੀਗਾ ਫਿਰੋਜ਼ਪੁਰ 'ਚ, ਤੇ ਇਹਨੂੰ ਸਜ਼ਾ ਵੀ ਹੋਈ ਹੈ ਕੋਰਟ ਤੋਂ, ਤੇ ਆਖਿਰਕਾਰ ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਹਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ, ਇਹਦਾ 6 ਦਿਨ ਦਾ ਕੋਰਟ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਹੈ। ਤੇ ਰਿਮਾਂਡ ਦੇ ਦੌਰਾਨ ਜਿਹੜਾ ਕ੍ਰਿਸ਼ਨ ਹੈ ਉਹਨੇ ਕਈ ਖੁਲਾਸੇ ਕੀਤੇ ਨੇ। ਉਹਨੇ ਦੱਸਿਆ ਵੀ ਬਾਰਡਰ ਪਾਰ ਜਿਹੜਾ ਬੈਠਾ ਹੈ ਪਾਕਿਸਤਾਨ ਡੋਗਰ ਉਰਫ ਨੰਬਰਦਾਰ, ਇਹਦੇ ਜ਼ਰੀਏ ਹੀ ਇਹ ਚਿੱਟਾ ਸਪਲਾਈ ਕਰ ਰਹੇ ਸੀ। ਇਹਨੇ ਹੀ ਵਿਕਰਮਜੀਤ ਸਿੰਘ ਨੂੰ ਉਹਦੇ ਨਾਲ ਮਿਲਵਾਇਆ ਸੀ ਤੇ ਵਿਕਰਮਜੀਤ ਸਿੰਘ ਅੱਗੇ ਸਪਲਾਈ ਕਰਦਾ ਸੀਗਾ। ਇਸੇ ਤਰ੍ਹਾਂ ਜਿਹੜਾ ਕਿ ਇਹ ਲਵਪ੍ਰੀਤ ਸਿੰਘ ਹੈ, ਇਹ ਵੀ ਇਸ ਤਰ੍ਹਾਂ ਸਪਲਾਈ ਕਰਦਾ ਸੀ, ਤੇ ਕ੍ਰਿਸ਼ਨ ਹੁਣ ਜੇਲ੍ਹ ਦੇ ਅੰਦਰੋਂ ਹੀ ਇਹ ਆਪਣਾ ਪੂਰਾ ਨੈਟਵਰਕ ਜਿਹੜਾ ਕਿ ਇਹ ਚਲਾ ਰਿਹਾ ਸੀਗਾ, ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਤੇ ਰਿਮਾਂਡ ਦੇ ਦੌਰਾਨ ਇਹਨੇ ਦੱਸਿਆ ਵੀ ਇਹਦੇ ਕੋਲ ਹੁਣ ਇਸ ਸਮੇਂ 2 ਕਿਲੋ ਹੋਰ ਚਿੱਟਾ ਮੌਜੂਦ ਹੈ, ਜਿਹੜਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅੰਮ੍ਰਿਤਸਰ ਦਬਿਸ਼ ਦਿੱਤੀ, ਤੇ ਦਬਿਸ਼ ਦੇਣ ਤੋਂ ਬਾਅਦ ਪੁਲਿਸ ਨੇ ਉਹ 2 ਕਿਲੋ ਚਿੱਟਾ ਬਰਾਮਦ ਕਰ ਲਿਆ ਗਿਆ। ਪੁਲਿਸ ਦੀ ਲਗਾਤਾਰ ਇਹਦੇ ਕੋਲੋਂ ਪੁੱਛਗਿੱਛ ਜਾਰੀ ਹੈ ਇਹਨਾਂ ਚਾਰਾਂ ਕੋਲੋਂ, ਤੇ ਪੁਲਿਸ ਦਾ ਕਹਿਣਾ ਵੀ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਨੇ, ਤੇ ਪੁਲਿਸ ਡੋਗਰ ਉਰਫ ਨੰਬਰਦਾਰ ਜਿਹੜਾ ਕਿ ਪਾਕਿਸਤਾਨ ਬੈਠਾ ਹੈ ਉਹਦੀ ਵੀ ਤਲਾਸ਼ ਜਾਰੀ ਕਰ ਰਹੀ ਹੈ ਪੁਲਿਸ, ਤੇ ਹੋਰ ਵੀ ਇਹਦੇ ਵਿੱਚ ਪੁਲਿਸ ਦੀ ਪੁੱਛਗਿੱਛ ਲਗਾਤਾਰ ਇਹਨਾਂ ਕੋਲੋਂ ਜਾਰੀ ਹੈ। ਤੇ ਤੁਹਾਨੂੰ ਦੱਸ ਦਿੰਦੇ ਹਾਂ ਮੇਨ ਗੱਲ, ਜਿਹੜੇ ਵੱਡਾ ਖੁਲਾਸਾ ਹੋਇਆ ਹੈ ਇਹਦਾ ਨਾਮ ਦਾ ਖੁਲਾਸਾ ਹੋ ਗਿਆ, ਜਿਹੜਾ ਪਾਕਿਸਤਾਨ ਬੈਠਾ ਹੈ ਨੰਬਰਦਾਰ ਉਰਫ ਡੋਗਰਾ, ਇਹਦੇ ਕੋਲੋਂ ਇਹਦੇ ਥਰੂ ਹੀ ਇਹ ਸਾਰਾ ਚਿੱਟੇ ਦਾ ਨੈਟਵਰਕ ਚੱਲ ਰਿਹਾ ਸੀ, ਜਿਹੜਾ ਇੰਟਰਨੈਸ਼ਨਲ ਨੰਬਰਾਂ ਤੋਂ ਵਟਸਐਪ ਕਾਲ ਕਰਕੇ ਪੂਰੇ ਪੰਜਾਬ 'ਚ ਤੇ ਚੰਡੀਗੜ੍ਹ ਟਰਾਈ ਸਿਟੀ ਅਤੇ ਆਸ ਪਾਸ ਦੇ ਇਲਾਕਿਆਂ 'ਚ ਚਿੱਟਾ ਜਿਹੜਾ ਕਿ ਇਹ ਸਪਲਾਈ ਕਰ ਰਹੇ ਸੀ। ਅਤੇ ਤੁਹਾਨੂੰ ਦੱਸ ਦਿੰਦੇ ਜਿਹੜੇ ਕਿ ਇਹ ਚਿੱਟੇ ਦੇ ਪੈਸੇ ਸੀਗੇ ਇਹ ਡੋਗਰ ਤੱਕ ਕਿਸ ਤਰ੍ਹਾਂ ਪਹੁੰਚਾਉਂਦੇ ਸੀਗੇ, ਇਹਦੇ ਨਾਲ ਇੱਕ ਸ਼ਰਤ ਰੱਖੀ ਜਾਂਦੀ ਸੀਗੀ ਵੀ ਚਿੱਟਾ ਜਦੋਂ ਸਾਰਾ ਵਿਕ ਜਾਏਗਾ ਤੇ ਇਹ ਹਵਾਲੇ ਦੇ ਜ਼ਰੀਏ ਹੀ ਜਦੋਂ ਚਿੱਟਾ ਵੇਚਿਆ ਜਾਂਦਾ ਸੀਗਾ ਉਹਦੇ ਜਿਹੜੇ ਪੈਸੇ ਆਉਂਦੇ ਸੀ ਤੇ ਹਵਾਲਾ ਦੇ ਜ਼ਰੀਏ ਹੀ ਇਹ ਜਿਹੜਾ ਕਿ ਨੰਬਰਦਾਰ ਉਸ ਡੋਗਰ ਤੱਕ ਪਹੁੰਚਾ ਰਹੇ ਸੀਗੇ। ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।